ਜੇ ਕਿ ਤੁਹਾਡੇ ਘਰ 'ਚ ਬੱਚੇ ਨੇ ਤਾਂ ਆਹ ਵੀਡੀਓ ਤੁਹਾਡੇ ਲਈ ਹੈ 20 ਸਤੰਬਰ ਆਉਣ ਵਾਲੇ ਬੁੱਧਵਾਰ ਨੂੰ ਸਾਰੇ ਕੈਨੇਡਾ ਦੇ ਵਿੱਚ ਟ੍ਰਾਂਟੋ ਤੋਂ ਲੈ ਕੇ ਵੈਂਕੂਵਰ ਤੱਕ ਹਰ ਇੱਕ ਪ੍ਰੋਵਿੰਸ ਦੇ ਹਰ ਇੱਕ ਵੱਡੇ ਸ਼ਹਿਰ ਦੇ ਵਿੱਚ ਰੈਲੀਆਂ ਕੱਢੀਆਂ ਜਾਣੀਆਂ ਨੇ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਖਿਲਾਫ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜਾ ਇੱਕ ਕਰਿਕੂਲਮ ਪੜਾਇਆ ਜਾਂਦਾ ਜਿਹਨੂੰ ਕਹਿੰਦੇ ਨੇ ਸੋਜੀ ਇਹ ਸੋਜੀ ਦੇ ਨਾਂ ਦੇ ਹੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੋ ਸਿਖਾਇਆ ਪੜਾਇਆ ਤੇ ਦਿਖਾਇਆ ਜਾ ਰਿਹਾ ਉਹ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਜੋ ਗ੍ਰਾਫਿਕਸ ਹਨ ਕਿਤਾਬਾਂ ਦੇ ਵਿੱਚ ਛਪੇ ਹੋਏ ਨੇ ਜੋ ਪੋਰਨੋਗ੍ਰਾਫੀ ਜੋ ਅਸ਼ਲੀਲ ਚਿੱਤਰ ਅਤੇ ਅਸ਼ਲੀਲ ਇੱਕ ਚੰਗੇ ਭਲੇ ਵੱਡੇ ਇਨਸਾਨ ਨੂੰ ਉਹਨਾਂ ਨੂੰ ਪੜ੍ਹ ਕੇ ਸ਼ਰਮ ਆ ਜਾਵੇ ਜੋ ਸਾਡੇ ਕਿੰਡਰਗਾਰਟਨ ਵਾਲੇ ਸਕੂਲਾਂ ਤੋਂ ਲੈ ਕੇ ਤੇ ਹਾਈ ਸਕੂਲ ਵਾਲੇ ਬੱਚਿਆਂ ਨੂੰ ਦਿਖਾਈਆਂ ਤੇ ਪੜਾਈਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਕੁਝ ਕਿਤਾਬਾਂ ਦਾ ਮੈਂ ਜ਼ਿਕਰ ਕਰਾਂਗਾ ਜਿਨ੍ਹਾਂ ਦਾ ਨਾਂ ਹੈਗਾ ਮਲਿਸਾ ਰਿਕ ਇਟਸ ਪਰਫੈਕਟਲੀ ਨਾਰਮਲ ਤੇ ਸੈਕਸ ਇਜ਼ ਅ ਫਨੀ ਵਰਡ ਇਨ੍ਹਾਂ ਕਿਤਾਬਾਂ ਦੇ ਵਿੱਚ ਜੋ ਸ਼ਬਦ ਲਿਖੇ ਗਏ ਨੇ ਜੋ ਸ਼ਬਦਾਵਲੀ ਵਰਤੀ ਗਈ ਹੈ ਅਤੇ ਜੋ ਪਿਕਚਰਾਂ ਜੋ ਚਿੱਤਰ ਬਖਾਏ ਗਏ ਨੇ ਉਹ ਐਨੇ ਸ਼ਰਮਸਾਰ ਕਰਦੇ ਨਾਲੇ ਨੇ ਕਿ ਇੱਕ ਆਮ ਇਨਸਾਨ ਆਪਣੇ ਪਰਿਵਾਰ ਜਾਂ ਆਪਣੇ ਹਾਨਦਿਆਂ ਨਾਲ ਵੀ ਬਹਿ ਕੇ ਉਹ ਚੀਜ਼ ਜਿਹੜੀ ਹੈ ਨਹੀਂ ਦੇਖ ਸਕਦਾ ਜੋ ਚੌਥੀ ਕਲਾਸ ਦੇ ਬੱਚਿਆਂ ਨੂੰ ਦਿਖਾਇਆ ਜਾ ਰਿਹਾ ਜਾਂ ਉਹਨਾਂ ਦੇ ਲਈ ਉਪਲਬਧ ਕਰਾਇਆ ਜਾ ਰਿਹਾ ਇੱਕ ਹੋਰ ਕਿਤਾਬ ਹੈ ਜਿਹਦਾ ਨਾਂ ਹੈਗਾ ਜੈਂਡਰ ਕਵੀਰ ਜਿਹਦੇ ਵਿੱਚ ਇਦਾਂ ਦੀਆਂ ਫੋਟੋਆਂ ਨੇ ਜਿੱਥੇ ਮੁੰਡੇ ਮੁੰਡੇ ਦੇ ਨਾਲ ਕੁੜੀਆਂ ਕੁੜੀਆਂ ਦੇ ਨਾਲ ਅਲਫ ਨੰਗੇ ਹੋ ਕੇ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਬੈੱਡ ਤੇ ਲੇਟੇ ਹੋਏ ਨੇ ਇੱਕ ਦੂਜੇ ਦੇ ਨਾਲ ਇਹ ਜੇ ਸ਼ਰਮੋਹਾਰ ਕੰਮ ਕਰ ਰਹੇ ਨੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਿਖਾਈਆਂ ਜਾ ਰਹੀਆਂ ਨੇ ਸਮਝਾਈਆਂ ਜਾ ਰਹੀਆਂ ਨੇ ਤੇ ਇਹ ਸਾਰਾ ਕੁਝ ਕੀਤਾ ਇਸ ਕਰਕੇ ਜਾ ਰਿਹਾ ਤਾਂ ਕਿ ਬੁੱਲਿੰਗ ਨੂੰ ਰੋਕਿਆ ਜਾ ਸਕੇ ਐਲਜੀਬੀਟੀ ਕਮਿਊਨਿਟੀ ਦੇ ਖਿਲਾਫ ਐਲਜੀਬੀ ਕਮਿਊਨਿਟੀ ਦਾ ਸਤਕਾਰ ਹੈ ਜੋ ਵੱਡਾ ਹੋ ਕੇ ਆਪਣੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਜੀਣਾ ਚਾਹੇ ਉਹ ਜੀ ਸਕਦਾ ਉਹਨਾਂ ਦੇ ਹੱਕ ਨੇ ਮੰਨਿਆ ਕਿ ਪਹਿਲਾ ਸਮੇਂ ਦੇ ਵਿੱਚ ਐਲਜੀਬੀਟੀ ਕਮਿਊਨਿਟੀ ਦੇ ਨਾਲ ਬਹੁਤ ਤੱਕੇ ਹੁੰਦੇ ਰਹੇ ਨੇ ਬਹੁਤ ਵਿਤਕਰੇ ਹੁੰਦੇ ਰਹੇ ਨੇ ਪਰ ਇਸ ਵੇਲੇ ਐਲਜੀਬੀਟੀ ਕਮਿਊਨਿਟੀ ਜਿਹੜੀ ਹੈਗੀ ਉਹਨਾਂ ਦੇ ਆਪਣੇ ਹਿਊਮਨ ਰਾਈਟਸ ਨੇ ਉਹਨਾਂ ਦੇ ਦੇ ਅਲਜੀਪੀਟੀ ਵਾਲੇ ਕੌਣ ਨੇ ਜਾਂ ਉਹਨਾਂ ਦੀ ਕਿਸ ਤਰ੍ਹਾਂ ਰਿਸਪੈਕਟ ਤੇ ਬਰਾਬਰ ਦਾ ਦਰਜਾ ਨੂੰ ਦੇਣਾ ਚਾਹੀਦਾ ਜੋ ਕਿ ਦਿੱਤਾ ਵੀ ਜਾ ਰਿਹਾ ਹੈ ਪਰ ਕੀ ਬੱਚਿਆਂ ਨੂੰ ਖਾਸ ਕਰਕੇ ਜਦੋਂ ਉਹਨਾਂ ਦੇ ਕੋਮਲ ਮਨ ਤੇ ਹਲੇ ਤੱਕ ਨਵੇਂ ਮਾਈਂਡ ਉਹਨਾਂ ਦੇ ਨੇ 3 ਜਾਂ 4 ਜਾਂ 5 ਸਾਲ ਦੀ ਉਮਰ ਦੇ ਨੇ ਕੀ ਉਹਨਾਂ ਨੂੰ ਇਹ ਗੱਲਾਂ ਦੱਸਣੀਆਂ ਜ਼ਰੂਰੀ ਨੇ ਕਿ ਬੋਲਿੰਗ ਨੂੰ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ ਕਿ ਬੱਚਿਆਂ ਨੂੰ ਇਹ ਗੱਲ ਨਹੀਂ ਸਮਝਾਈ ਜਾ ਸਕਦੀ ਕਿ ਕਿਸ ਤਰ੍ਹਾਂ ਸਾਰਿਆਂ ਦੇ ਨਾਲ ਪਿਆਰ ਨਾਲ ਰਹਿਣਾ ਕਿਸ ਤਰ੍ਹਾਂ ਸਾਰਿਆਂ ਦੀ ਕਦਰ ਕਰਨੀ ਹੈ ਸਾਰਿਆਂ ਦੀ ਇੱਜ਼ਤ ਸਾਰਿਆਂ ਦੀ ਰਿਸਪੈਕਟ ਕਰਨੀ ਹੈ ਕਿ ਇਸ ਤਰ੍ਹਾਂ ਦੇ ਅਸ਼ਲੀਲ ਪੋਰਨੋਗ੍ਰਾਫਿਕ ਪਿਕਚਰਾਂ ਜਾਂ ਕਹਾਣੀਆਂ ਵਾਲੀਆਂ ਕਿਤਾਬਾਂ ਉਹਨਾਂ ਨੂੰ ਉਪਲ ਜ਼ਰੂਰੀ ਹੈ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡਾ ਜੈਂਡਰ ਜਿਹੜਾ ਆ ਫਲੂਇਡ ਆ ਮਤਲਬ ਤਰਲ ਆ ਜਿਵੇਂ ਪਾਣੀ ਨੂੰ ਕਿਸੇ ਵੀ ਭਾਂਡੇ ਚ ਪਾ ਦਿਓ ਪਾਣੀ ਉਹਦੀ ਸ਼ੇਪ ਲੈ ਲੈਂਦਾ ਇਸੇ ਤਰ੍ਹਾਂ ਤੁਹਾਡਾ ਜੈਂਡਰ ਹੈ ਜੇਕਰ ਤੁਸੀਂ ਮੁੰਡੇ ਹੋ ਪਰ ਤੁਹਾਨੂੰ ਕੁੜੀਆਂ ਵਾਲੇ ਕੰਮ ਪਸੰਦ ਨਹੀਂ ਤਾਂ ਤੁਸੀਂ ਕੁੜੀ ਬਣ ਸਕਦੇ ਹੋ ਜੇਕਰ ਤੁਸੀਂ ਕੁੜੀ ਹੋ ਤੁਹਾਨੂੰ ਮੁੰਡਿਆਂ ਵਾਲੇ ਪਸੰਦ ਨੇ ਤਾਂ ਤੁਸੀਂ ਮੁੰਡਾ ਬਣ ਸਕਦੇ ਹੋ ਹੁਣ ਇੱਕ 4 ਸਾਲ ਦਾ ਬੱਚਾ ਇੱਕ 5 ਸਾਲ ਦਾ ਬੱਚਾ ਜਿਹਨੂੰ ਇਹ ਨਹੀਂ ਪਤਾ ਕਿ ਸੂਰਜ ਧਰਤੀ ਦੇ ਕਿਹੜੇ ਪਾਸਿਓਂ ਚੜ੍ਹਦਾ ਕਿਹੜੇ ਪਾਸਿਓਂ ਡੁੱਬਦਾ ਹੈ ਇਸ ਦੁਨੀਆ ਦੇ ਜਿਹੜੇ ਕਾਰੋਬਾਰ ਨੇ ਕੰਮ ਕਰਨੇ ਉਹ ਕਿਸ ਤਰ੍ਹਾਂ ਚੱਲਦੇ ਨੇ ਕੀ ਉਹ ਇਸ ਗੱਲ ਯਾਨੀ ਕਿ ਕਿਸ ਤਰ੍ਹਾਂ ਬਨਣਾ ਚਾਹੁੰਦਾ ਬੱਚੇ ਦੀ ਇੱਕ ਨੇਚਰਲ ਆਇਡੈਂਟੀਟੀ ਹੁੰਦੀ ਹੈ ਤੇ ਸਮੇਂ ਦੇ ਨਾਲ ਉੱਪਰ ਕੇ ਸਾਹਮਣੇ ਆਉਂਦੀ ਹੈ ਜਦੋਂ ਵੱਡਾ ਹੁੰਦਾ ਜਦੋਂ ਉਹਨੂੰ ਸਮਝ ਆਉਂਦੀ ਜਦੋਂ ਉਹਨੂੰ ਚੀਜ਼ਾਂ ਦਾ ਪਤਾ ਲੱਗਦਾ ਤੇ ਉਹ ਫਿਰ ਜਿਹੜੀ ਵੀ ਆਇਡੈਂਟੀਟੀ ਹੋਵੇ ਉਸ ਨੂੰ ਮੰਨਣਾ ਉਹ ਮਾਪਿਓ ਦਾ ਫਰਜ਼ ਹੈ ਪਰ ਕਿਸੇ ਬਾਹਰੀ ਇਨਫਲੂਐਂਸ ਦੇ ਨਾਲੋਂ ਬਚਪਨ ਦੇ ਵਿੱਚ ਉਸ ਕੋਮਲ ਮਨ ਦੀ ਕੋਮਲ ਦਿਮਾਗ ਦੀ ਜਿਹੜੀ ਤੁਸੀਂ ਉਹਨੂੰ ਇੰਨਾ ਕਨਫਿਊਜ਼ਨ ਪੈਦਾ ਕਰ ਦਿਓ ਕਿ ਉਹਨੂੰ ਇਹੀ ਨਾ ਸਮਝ ਆਵੇ ਕਿ ਮੈਂ ਮੁੰਡਾ ਕਿ ਕੁੜੀ ਆ ਇਹ ਕਿੱਧਰ ਦੀ ਗੱਲ ਹੋਈ ਸੋ ਸਪਟੰਬਰ 20 ਨੂੰ ਆਪਣੇ ਲਾਗੇ ਸ਼ਾਕੇ ਜਿੱਥੇ ਵੀ ਤੁਸੀਂ ਹੈਗੇ ਹੋ ਉੱਥੇ ਪ exposingsoji123.com ਇਹਦੇ ਤੇ ਜਾ ਕੇ ਕਿਹੜੀਆਂ ਕਿਤਾਬਾਂ ਕਿਹੜੇ ਸਕੂਲ ਦੇ ਵਿੱਚ ਪੜਾਈਆਂ ਜਾਂਦੀਆਂ ਨੇ ਜਾਂ ਅਵੇਲੇਬਲ ਹੈਗੀਆਂ ਨੇ ਲਾਇਬ੍ਰੇਰੀ ਦੇ ਵਿੱਚ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਤੇ ਇਹਦੇ ਨਾਲ ਨਾਲ ਜਿਹੜੀ ਦੂਜੀ ਵੈਬਸਾਈਟ ਹੈਗੀ ਆ 1millionmartforchildren.com ਇਹਦੇ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੇਗੀ ਕਿ ਸਤੰਬਰ 20 ਵਾਲੀ ਰੈਲੀ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਕਿੱਥੇ ਹੋ ਰਹੀ ਹੈ ਕਿੰਨੇ ਵਜੇ ਹੋ ਰਹੀ ਹੈ ਵੱਧ ਤੋਂ ਵੱਧ ਲੋਕ ਜੜੇ ਨੇ ਸਤੰਬਰ 20 ਨੂੰ ਆਪਣੇ ਨੇੜਲੀ ਰੈਲੀ ਤੇ ਪਹੁੰਚੋ ਸਾਥ ਦਿਓ ਸਤੰਬਰ 20 ਨੂੰ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਸਕੂਲ ਨਾ ਭੇਜਿਆ ਜਾਵੇ ਤਾਂ ਕਿ ਸਕੂਲ ਸਿਸਟਮ ਨੂੰ ਇੱਕ ਸੁਨੇਹਾ ਜਾਵੇ ਕਿ ਜੇ ਸਤੰਬਰ ਵੀਨੂ ਸਕੂਲ ਨਹੀਂ ਆਏ ਕਿਉਂਕਿ ਅਸੀਂ ਤੁਹਾਡੀ ਦੱਸੇ ਗਏ ਰਾਹ ਤੇ ਚੱਲਣ ਲਈ ਆਪਣੇ ਬੱਚਿਆਂ ਨੂੰ ਰਾਜੀ ਨਹੀਂ ਹੈਗੇ ਇਹ ਰੈਲੀ ਕਿਸੇ ਇੱਕ ਧਰਮ ਦੀ ਜਾਂ ਕਿਸੇ ਇੱਕ ਫਿਰਕੇ ਦੇ ਲੋਕਾਂ ਦੀ ਨਹੀਂ ਹੈਗੀ ਇਹ ਸਾਰਿਆਂ ਦੀ ਇਕੱਠੀ ਹੈ ਸਾਰੇ ਧਰਮ ਇਕੱਠੇ ਹੋਣ ਸਾਰੇ ਲੋਕ ਇਕੱਠੇ ਹੋਣ ਸਾਰੇ ਕਲਚਰ ਇਕੱਠੇ ਹੋਣ ਕੈਨੇਡੀਅਨ ਵੀ ਆ ਚਾਰੇ ਨੇ ਗੋਰੇ ਵੀ ਆ ਰਹੇ ਨੇ ਸਾਡੇ ਮੁਸਲਮ ਭਰਾ ਵੀ ਆ ਰਹੇ ਨੇ ਅਸੀਂ ਵੀ ਪਹੁੰਚੀਏ ਹਰੇਕ ਬੰਦਾ ਆਪਣੇ ਵੱਖਰੇ ਵੱਖਰੇ ਵਖਰੇਵਿਆਂ ਨੂੰ ਛੱਡ ਕੇ ਕਿਉਂਕਿ ਸਾਡੇ ਬੱਚਿਆਂ ਨੇ ਇੱਕੋ ਥਾਂ ਤੇ ਪੜ੍ਹਨਾ ਹੈ ਸਾਡੇ ਬੱਚਿਆਂ ਨੇ ਇੱਕੋ ਸਕੂਲਾਂ ਦੇ ਵਿੱਚ ਜਾਣਾ ਹੈ ਉਹੀ ਕਰਿਕੂਲਮ ਉਹੀ ਸਿਲੇਬਸ ਸਾਰਿਆਂ ਨੂੰ ਪੜਾਇਆ ਜਾਣਾ ਸੋ ਡਸਨਟ ਮੈਟਰ ਤੁਸੀਂ ਕਿ ਸਾਰੇ ਨੂੰ ਬਿਲੋਂਗ ਕਰਦੇ ਹਾਂ ਸਾਰਿਆਂ ਕੇ ਬੇਨਤੀ ਹੈ ਇਕੱਠੇ ਹੋ ਕੇ ਪਹੁੰਚੋ ਕਿਉਂਕਿ ਜੇ ਅੱਗ ਗਵਾਂਢੀ ਦੇ ਘਰ ਨੂੰ ਲੱਗੀ ਹੋਵੇ ਨਾ ਤਾਂ ਇਹ ਸੋਚ ਕੇ ਨਹੀਂ ਬਹਿ ਜਾਣਾ ਚਾਹੀਦਾ ਕਿ ਅੱਗ ਸਿਰਫ ਉਹਦੇ ਘਰ ਤੱਕ ਹੈ ਉਸ ਘਰ ਦੀ ਅੱਗ ਦਾ ਸੇਕ ਸਾਡੇ ਘਰ ਤੱਕ ਪਹੁੰਚਦਿਆਂ ਬਹੁਤਾ ਸਮਾਂ ਨਹੀਂ ਲੱਗਦਾ ਹੁੰਦਾ ਅੱਜ ਸਮਾਂ ਸਾਰੇ ਜਣੇ ਇਕੱਠੇ ਹੋਈਏ ਰਲ ਕੇ ਆਪਣੀ ਆਵਾਜ਼ ਬੁਲੰਦ ਕਰੀਏ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਏ ਕਿ ਅਸੀਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰ ਸਕਦੇ ਹਾਂ ਉਹਨਾਂ ਦਾ ਚੰਗਾ ਪਾਲਾ ਆਪ ਜਿਹੜਾ ਸਮਝ ਸਕਦੇ ਆ ਇੰਨਾਂ ਚੀਜ਼ਾਂ ਬਾਰੇ ਪੁਛ ਨਾ ਕੀਤਾ ਜਾਵੇ ਤੇ ਇੰਨਾਂ ਚੀਜ਼ਾਂ ਨੂੰ ਬਚਾਇਆ ਜਾ ਸਕੇ ਸੋ ਹੁਣ ਤੁਹਾਡੀ ਇਹ ਵੀ ਜ਼ਿੰ ਦੀ ਵੱਧ ਤੋਂ ਵੱਧ ਮਾਪਿਆਂ ਤੱਕ ਵੱਧ ਤੋਂ ਵੱਧ ਘਰਾਂ ਤੱਕ ਇਹ ਗੱਲ ਪਹੁੰਚ ਸਕੇ ਤੇ ਸਤੰਬਰ 20 ਨੂੰ ਅਸੀਂ ਮਿਲੀਅਨ ਲੋਕਾਂ ਦਾ ਟੀਚਾ ਜਿਹੜਾ ਉਹਨੂੰ ਪੂਰਾ ਕਰਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਇਸ ਵੀਡੀਓ ਨੂੰ ਡਿਊਟ ਕਰਕੇ ਜੇ ਤੁਹਾਡਾ ਆਪਣਾ ਕੋਈ ਸੋਸ਼ਲ ਮੀਡੀਆ ਪੇਜ ਹੈਗਾ ਉਹਦੇ ਤੇ ਪਾਓ ਤੇ ਜੇਕਰ ਤੁਸੀਂ ਆਪ ਇਨਫਲੂਐਂਸਰ ਹੈਗੇ ਹੋ ਤੁਹਾਡੀ ਫਾਲੋਇੰਗ ਹੈਗੀ ਹੈ ਲੋਕੀ ਜੇ ਤੁਹਾਨੂੰ ਸੁਣਦੇ ਨੇ ਮੰਨਦੇ ਨੇ ਤਾਂ ਆਪਣੀ ਵੀਡੀਓ ਬਣਾ ਕੇ ਪਾਓ ਜਾਂ ਮੇਰੀ ਵੀਡੀਓ ਨੂੰ ਡਿਊਟ ਕਰਕੇ ਪਾਓ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਆਵਾਜ਼ ਪਹੁੰਚੇ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਚਾਹੇ ਤੁਹਾਡੇ ਘਰ 'ਚ ਨੇ ਚਾਹ ਨੂੰ ਜੇ ਕੰਮ ਹੈ ਤਾਂ ਛੁੱਟੀ ਲਓ ਕਿਸੇ ਤਰੀਕੇ ਥੋੜੇ ਸਮੇਂ ਲਈ ਵੱਧ ਸਮੇਂ ਲਈ ਉੱਥੇ ਪਹੁੰਚੋ ਨਹੀਂ ਪਹੁੰਚ ਸਕਦੇ ਤਾਂ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਪਹਚਾਓ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਨੇ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋ ਸਕਣ ਤੇ ਜੇ ਕਿਸੇ ਨੂੰ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਇੰਟਰਨੈਟ ਤੇ ਨਹੀਂ ਜਾ ਸਕਦੇ ਨਹੀਂ ਪਤਾ ਲੱਗ ਰਿਹਾ ਮੈਨੂੰ ਮੈਸੇਜ ਕਰ ਲਿਓ ਕਮੈਂਟਾਂ ਦੇ ਵਿੱਚ ਪੁੱਛ ਲਿਓ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਨੂੰ ਵੱਧ ਤੋਂ ਵੱਧ ਆਡਾ ਡਰੈਲੀਆਂ ਦੇ ਟਾਈਮ ਅਤੇ ਜਗ੍ਹਾਆਂ ਦਾ ਦੱਸਣ ਦੀ ਪਰ ਜਿਹੜੀਆਂ ਵੈਬਸਾਈਟਾਂ ਦੱਸੀਆਂ ਨੇ ਜੇਕਰ ਤੁਸੀਂ ਉੱਥੇ ਜਾਓਗੇ ਤਾਂ ਕਰੋ ਤਾਂ ਕਿ ਵਾਤੋ ਵਾਤ ਲੋਕ ਜਿਹੜੇ ਨੇ ਪਾਉ ਸਕਣ ਕਿਉਂਕਿ ਇੰਨਾ ਕਮਾਂਕਾਰਾਂ ਦਾ ਇੰਨਾ ਕੋਠੀਆਂਕਾਰਾਂ ਦਾ ਕੋਈ ਫਾਇਦਾ ਨਹੀਂ ਜੇ ਸਾਡੇ ਬੱਚੇ ਹੀ ਕਨਫਿਊਜ਼ ਹੋ ਗਏ ਜੇ ਸਾਡੇ ਬੱਚੇ ਹੀ ਉਲਝ ਗਏ ਜੇ ਸਾਡਾ ਆਨ ਵਾਲਾ ਫਿਊਚਰ ਹੀ ਇਸ ਇੰਨਾ ਕਮਾਂਚੇ ਉਲਝ ਕੇ ਰਹਿ ਗਿਆ ਵੀ ਮੇਰੀ ਸੈਕਸ਼ੁਅਲਿਟੀ ਕੀ ਹੈ ਉਹਨੂੰ ਇਹੀ ਨਾ ਪਤਾ ਲੱਗਾ ਮੈਂ ਹੈ ਕੀ ਹਾਂ ਜਿੰਨਾ ਚੀ ਸਾਰਾ ਕੁਝ ਉਲਝ ਕੇ ਰਹਿ ਗਿਆ ਤਾਂ ਅੱਜ ਵੀ ਖਤਮ ਆ ਤੇ ਕੱਲ ਵੀ ਖਤਮ ਆ ਸੋ ਸਿਆਣੇ ਬਣੀਏ ਇੱਕ ਦਿਨ ਦਾ ਸਮਾਂ ਕੱਢੀਏ ਜਿੱਥੇ ਜਾਣਾ ਬਣਦਾ ਉੱਥੇ ਜਾਈਏ ਤੇ ਆਪਣਾ ਜਿਹੜਾ ਬਣਦਾ ਫਰਜ਼ਾ ਨੂੰ ਅਦਾ ਕਰੀਏ ਥੈਂਕ ਯੂ